जय मसीदी सारे आइए अज का वचन करने हैं शुरू दूसरा राजा छे अध्याय और सोलवा वचन मैं पढ़ूँगा मैं हिंदी पढ़ूँगा तो पंजाबी पढ़ लो उसने कहा मर्डर क्योंकि जो हमारी और है वह उनसे अतिक है जो उनकी और है पढ़े गए वचन ते प्रभु आशीष करे और हाड गल करे आइए ही प्रार्थना करने हैं प्यारे प्रभु जी धन्यवाद स्तुति और बड़ाई के साथ आपके चरणों में आके चुक जा के और प्रणाम करते हैं प्रभु जी समय दिया उसके लिए भी धन्यवाद देते हैं प्रभु जी पढ़े गए वचन पे आशीष करें प्रभु जी हमसे बात करें हमारी कमी घटियों को पूरा करें प्रभु जी मैं भी खड़ा हुआ हूँ प्रभु जी मुझे प्रभु जी मेरे मुंह के अंदर प्रभु जी आपके वचनों को भरे और अपना महिमा करने के लिए सहायता और मदद करे वचन के द्वारा अनेक लोग आशीष पा सके प्रभु जी इस विषय में सहायता और मदद करे यह समय को प्रभु जी आपके हाथों में सौंप देते हैं सारी अंधकार शक्तियों को मसी ईशुनासिक नाम से बांध देते हुए प्रार्थना बिन्ती को प्रभु यीशु मसीह के नाम से मांगते हैं आमीन दूसरा राजा छः अध्याय और सोलहवीं आयत मैं पढ़ी है वह लिखिया वा उसने कहा मत डर क्योंकि जो हमारी और है वे उनसे भी अतिक है एक दास एलिशा का दा जरा दास ही दौड़ के आया और अलिशा सुता हैगा के ठालन डेया पाया एलिशा अलिशा ਜਿਹੜਾ ਉੱਥੇ ਭਵਿੱਖ ਵक्ता ਹੀ ਉਹਨੂੰ ਠਾਲ ਕੇ ਅੰਦ ਕਹਿਣ ਲੱਗਿਆ ਡਰ ਦੇ ਮਾਰੇ ਕਿ ਵੇ ਆਰਾਮ ਦੇ ਰਾਜਾ ਨੇ ਹਾਨੂੰ ਘੇਰ ਲਿਆ ਵਗਾ ਹੁਣ ਸਾਡੇ ਹਾਨੂੰ ਕੋਈ ਬਚਾ ਨਹੀਂ ਸਕਦਾ ਅਸੀਂ ਹੁਣ ਫਸ ਗਏ ਹੈਗੇ ਆਰਾਮ ਦੇ ਰਾਜਾ ਨੇ ਹਾਨੂੰ ਫੜ ਲੈਣਾ ਵਾ ਸ਼ੈ ਤੋ ਸਾਨੂੰ ਫੜ ਕੇ ਜੇਲ੍ਹ ਵਿੱਚ ਪਾ ਦੂਗਾ ਜਾਂ ਤੈਨੂੰ ਮਾਰ ਦੂਗਾ ਹੁਣ ਸਾਡੇ ਬਾਹਰ ਨਿਕਲਣ ਨੂੰ ਆਤੀ ਕੋਈ ਰਾਹ ਨਹੀਂ ਬਚਿਆ ਉਹਦਾ ਦਾਸ ਉਹਨੂੰ ਆ ਕੇ ਕੈਂਡਿਆ ਹੈਗਾ ਪਰ ਇਲੀਸ਼ਾ ਨੇ ਉਠ ਕੇ ਉਹਨੂੰ ਆਖਿਆ ਤੂੰ ਕਿਉਂ ਡਰਨਾ ਵਗਾ ਇੱਕਾਰੀ ਪਿੱਛੇ ਮੁੜ ਕੇ ਵੇਖ ਜਿਹੜੇ ਉਹਨਾਂ ਦੇ ਜਿਹੜੇ ਸੈਨਿਕ ਆ ਉਹ ਤੋਂ ਵੀ ਕਈ ਜ਼ਿਆਦਾ ਸੈਨਿਕ ਜਿਹੜੇ ਆ ਹਾਡੇਵਾਤੀ ਪਰਮੇਸ਼ਵਰ ਨੇ ਕਲਾਏ ਆਗੇ ਕਰਕੇ ਇਲੀਸ਼ਾ ਆਪਣੇ ਦਾਸ ਨੂੰ ਕਹਿਣ ਲਿਆ ਹੈਗਾ ਉਹ ਪੈਣਰ ਪਰਮੇਸ਼ਵਰ ਨੇ ਸਵਰਗਦੂਤਾਂ ਨੂੰ ਉਦੋਂ ਬਣਾਇਆ ਹੈਗਾ ਜਦੋਂ ਤੁਹਾਡੀ ਔਰ ਮੇਰੀ ਸ੍ਰਿਸ਼ਟੀ ਵੀ ਨਹੀਂ ਹੋਈ ਹੀ ਗਈ ਪਰਮੇਸ਼ਵਰ ਨੇ ਸਵਰਗਦੂਤਾਂ ਨੂੰ ਇਸ ਕਰਕੇ ਬਣਾਇਆ ਹੈਗਾ ਤਾਂ ਕਿ ਉਹ ਸਵਰਗ ਵਿੱਚ ਪਰਮੇਸ਼ਵਰ ਦੀ ਮਹਿਮਾ ਕਰਨ। ਸਵਰਗਦੂਤ ਕਈ ਤਰੀਕੇ ਦੇ ਹੁੰਦੇ ਆ। ਕਈ ਆਰਾਧਨਾ ਕਰਦੇ ਆ, ਪਰਮੇਸ਼ਵਰ ਦੇ ਕੰਮ ਕਰਦੇ ਹੈਗੇ ਔਰ ਕਈ ਸੰਦੇਸ਼ ਲੈ ਕੇ ਆਉਣ ਵਾਲੇ ਆ, ਕਈ ਯੁੱਧ ਕਰਨ ਵਾਲੇ ਹੈਗੇ, ਕਈ ਇੱਕ ਦੂਸਰੇ ਨੂੰ ਬਚਾਉਣ ਵਾਲੇ ਸਵਰਗਦੂਤ ਹੁੰਦੇ ਹੈਗੇ ਔਰ ਪਰਮੇਸ਼ਵਰ ਨੇ ਸਵਰਗਦੂਤਾਂ ਨੂੰ ਹਾੜੇ ਵਾਹਤੀ ਹਾਡੇ ਵਾਸਤੇ ਇਸ ਧਰਤੀ 'ਤੇ ਵੀ ਕੋਲੰਦਾਵਾ ਕਿ ਜਾ ਕੇ ਮੇਰੇ ਲੋਕਾਂ ਦੀ ਰੱਖਿਆ ਕਰ ਉਹਨਾਂ ਨਾਲ ਦੀ ਮਦਦ ਕਰ 히브리ਦੀ ਪਤਰੀ ਜਿਹੜੀ ਹੈਗੀ ਉਹਦੇ ਵਿੱਚ ਜੇ ਇੱਕ ਅਧਿਆਇ ਨੂੰ ਜਾਂ 13 ਔਰ 14 ਨੂੰ ਜਦੋਂ ਇਹ ਪੜ੍ਹਨੇ ਆ ਤਾਂ ਉਹਦੇ ਵਿੱਚ ਲਿਖਿਆ ਵਾ ਕਿ 13ਵੀਂ ਆਇਤ ਵਿੱਚ ਲਿਖਿਆ ਵਾਗਾ ਕਿ ਪਰਮੇਸ਼ਵਰ ਨੇ ਇੱਕ ਕਿਦੋਂ ਕਾਹੇਗਾ ਕਿ ਸਵਰਗਦੂਤਾਂ ਨੂੰ ਕਹਾ ਕਿ ਮੇਰੇ ਆਕੇ ਬائیں ਬੈ ਜਾ ਔਰ ਮੈਂ ਤੇਰੇ ਤੇਰੇ ਸ਼ਤਰੂਆਂ ਨੂੰ ਤੇਰੇ ਪੈਰ ਦੇ ਨਾਲ ਕੁਚਲ ਦੇ ਕੁਚਲ ਕੇ ਔਰ ਉਹਨਾਂ ਨੂੰ ਤੇਰੇ ਹਵਾਲੇ ਕਰ ਦੂੰਗਾ ਕਿਦੋਂ ਕਾਹੇਗਾ ਪਰਮੇਸ਼ਵਰ ਦੇ ਵਚਨ 14 ਵਿੱਚ ਲਿਖਿਆ ਹੋਇਆ ਵਾ ਕਿ ਪਰਮੇਸ਼ਵਰ ਨੇ ਆਪਣੇ ਸਵਰਗਦੂਤਾਂ ਨੂੰ ਇੱਕ ਕੰਮ ਦਿੱਤਾ ਹੈਗਾ ਉਹਨੇ ਕੰਮ ਉਹ ਦਿੱਤਾ ਹੈਗਾ ਜਿਹੜੇ ਪਰਮੇਸ਼ਵਰ ਦੀ ਸੇਵਾ ਕਰਦੇ ਆ ਜਿਹੜੇ ਪਰਮੇਸ਼ਵਰ ਦੇ ਦਾਸੇ ਅਗੇ ਜਾ ਕੇ ਉਹਨਾਂ ਦੀ ਰੱਖਿਆ ਕਰ ਤੇ ਉਹਨਾਂ ਦੀ ਮਦਦ ਕਰ ਮਤਲਬ ਕਿ ਵਚਨ ਤੋਂ ਹਨ ਨੂੰ ਇਹ ਪਤਾ ਲੱਗਦਾ ਵਾ ਜਿਹੜੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੇ ਆ ਜਿਹੜੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹੈਗੇ ਉਹ ਉਹ ਜਿਹੜੇ ਆ ਪਰਮੇਸ਼ਵਰ ਦੇ ਲੋਕ ਹੁੰਦੇ ਆ ਤੇ ਪਰਮੇਸ਼ਵਰ ਦੇ ਜਿਹੜੇ ਲੋਕ ਬਣ ਜਾਂਦੇ ਆ ਤੇ ਲੋਕੀ ਉਹਨਾਂ ਦੇ ਦੁਸ਼ਮਣ ਵੀ ਦੁਨੀਆ ਵਿੱਚ ਬੜੇ ਬਣ ਜਾਂਦੇ ਆ ਔਰ ਫਿਰ ਪਰਮੇਸ਼ਵਰ ਆਪਣੇ ਸਵਰਗਦੂਤਾ ਨੂੰ ਕਲੌਂਦਾ ਵਗਾ ਤਾਂ ਕਿ ਉਹ ਉਹਨਾਂ ਨੂੰ ਜਾ ਕੇ ਬਚਾ ਸਕੇ ਔਰ ਉਹਨਾਂ ਨੂੰ ਮੁਸੀਬਤਾਂ ਵਿੱਚੋਂ ਕੱਢ ਸਕੇ ਇਸ ਕਰਕੇ ਪਰਮੇਸ਼ਵਰ ਸਵਰਗਦੂਤਾ ਨੂੰ ਹਾੜ੍ਹ ਦੇਵਾਤੀ ਕਲੌਂਦਾਵਾ ਔਰ ਵਚਨ ਵਿੱਚ ਬਾਈਬਲ ਵਿੱਚ ਜੇ ਪੜਾਵਾਂਗੇ ਤੇ ਬਹੁਤ ਸਾਰੀ ਜਗ੍ਹਾ ਇਹੋ ਜਿਹੀ ਲਿਖੀ ਹੋਈ ਆਗੀ ਕਿ ਸਵਰਗਦੂਤਾ ਨੇ ਆਕੇ ਸੇਵਾ ਕੀਤੀ ਸਵਰਗਦੂਤਾ ਨੇ ਆਕੇ ਮਦਦ ਕੀਤੀ ਸਵਰਗਦੂਤਾ ਨੇ ਆਕੇ ਯੁੱਧ ਵੀ ਲੜਿਆ ਹੈਗਾ ਬਹੁ ਪੈਨ ਔਰ ਪ੍ਰੋ ਬਾਈਬਲ ਜਿਹੜੀ ਸਭ ਤੋਂ ਪਹਿਲੋ ਗ੍ਰੀਕ ਭਾਸ਼ਾ ਵਿੱਚ ਲਿਖੀ ਗਈ ਹੀ ਗਈ ਉਹਦੇ ਵਿੱਚ ਸਵਰਗਦੂਤ ਨੂੰ ਮਲਾਕ ਕਿਹਾ ਗਿਆ ਵਾ ਮਲਾਕ ਦਾ ਮਤਲਬ ਹੁੰਦਾ ਵਗਾ ਸੰਦੇਸ਼ਾ ਦੇਣ ਵਾਲਾ ਸਵਰਗਦੂਤ ਜਿਹੜੇ ਆਗੇ ਇਹ ਸੰਦੇਸ਼ਾ ਲੈ ਕੇ ਆਉਂਦੇ ਆ ਪਰਮੇਸ਼ਵਰ ਜੀ ਦੇ ਉਹਨਾਂ ਨੂੰ ਦਿੰਦਾ ਵਾ ਪਰਮੇ ਜਿਹੜਾ ਕੋਈ ਹਾੜੇ ਰਾ ਵਿੱਚ ਆਉਂਦਾ ਵਗਾ ਉਹ ਮਸੀਬਤਾਂ ਨੂੰ ਵੀ ਉਹਦੇ ਵਿੱਚੋਂ ਬਚਾਉਂਦੇ ਆ ਕੇ ਟਾਈਮ ਦੇ ਨਾਲ ਸਵਰਗਦੂਤ ਆਈ ਆਹੀ ਇੱਕ ਹੋਰ ਸਵਰਗਦੂਤ ਨੇ ਕਿਤਰਾ ਇਲੇਸ਼ਾ ਦੀ ਮਦਦ ਕੀਤੀ ਅਜੇ ਹੋਵੇ ਵੈਨਿਆਂਗੇ ਇਹੀ ਜੇ ਦੂਸਰਾ ਰਾਜਾ 6 ਅਧਿਆਇ 8 ਤੋਂ ਲੈ ਕੇ 23 ਤੱਕ ਜੇ ਪੜਾਂਗੇ ਤਾਂ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਵਾ ਪਰ ਮੇਰੇ ਕੋਲ ਟਾਈਮ ਥੋੜਾ ਵਗਾ ਇਸ ਕਰਕੇ ਮੈਂ ਪੂਰਾ ਵਚਨ ਨਹੀਂ ਪੜੰਡਿਆ ਤੁਸੀਂ ਆਪਣੀ ਬਾਈਬਲ ਵਿੱਚ ਉਹਨੂੰ ਪੜ ਸਕਦੇ ਜੀ ਦੂਸਰਾ ਰਾਜਾ 6 ਅਧਿਆਇ 8 ਤੋਂ ਲੈ ਕੇ 3 ਤੱਕ 23 ਤੱਕ ਔਰ ਮੈਂ ਪੜੀ ਜਿਹੜੀ ਆਇਤ ਆ ਉਹ ਵਾ 16ਵੀਂ ਆਇਤ ਇਹਦੇ ਵਿੱਚ आठवें बचन लिखा हुआ है कि आराम जरा राजा है राजा है आराम जो राजा है ये नाल युद्ध करता है और कई देशों ने जित लिया है और जिथे भी जाता है वो सोचता है कि मेरा ही डेरा लगे रहे मेरा ही राज्य चले और सब कुछ मेरे हाथ में हो जाए पर एक जगह से डेरा लाया है और उ ਚੰਗਾ ਹੈਗਾ ਕਿ ਹੁਣ ਮੈਂ ਇਜ਼ਰਾਈਲ ਦੇ ਰਾਜੇ ਨੂੰ ਵੀ ਹਰਾਦਾ ਇਜ਼ਰਾਈਲ ਤੇ ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਦੇ ਅਗੇ ਇਜ਼ਰਾਈਲੀਆਂ ਦੇ ਨਾਲ ਤੇ ਪਰਮੇਸ਼ਵਰ ਹੈਗਾ ਇਸ ਕਰਕੇ ਆਰਾਮ ਦੇ ਰਾਜਾ ਨੇ ਸੋਚਿਆ ਕਿ ਹੁਣ ਮੈਂ ਇਹਨੂੰ ਵੀ ਹਰਾ ਦੂੰਗਾ ਔਰ ਇਹਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲੂੰਗਾ ਪਰ ਉਥੇ ਇੱਕ ਪਰਮੇਸ਼ਵਰ ਦਾ ਇਜ਼ਰਾਈਲ ਦੇ ਰਾਜਾ ਦੇ ਨਾਲ ਇੱਕ ਪਰਮੇਸ਼ਵਰ ਦਾ ਦਾਸ ਰਹਿਦਾ ਹੈਗਾ ਉਹਦਾ ਨਾਂ ਹੈ आलिशा ओने परमेश्वर को प्रार्थना की और परमेश्वर ने नेसिया कि की, की करना वगा फिर उन्हें परमेश्वर दी मन के की गल न जाके इजराइल के राजे दसिया कि इतना ना जायो आराम आमदार राजा वगा हाडे वाहती हा बैठा वगा हाँ मारन वाती हा और नाश करन वाती इस करके इज़राइल के राजा ने एलिशा की गल न ਮਨ ਕੇ ਉਹ ਦੇਸ਼ ਵਿੱਚ ਨਹੀਂ ਗਿਆ ਔਰ ਨੇ ਆਪਣੇ ਸੈਨਿਕਾਂ ਨੂੰ ਕਲਾ ਕੇ ਆਪਣੀ ਰੱਖਿਆ ਕਰ ਲਈ ਇਹ ਇੱਕ ਵਾਰੀ ਧੋ ਵਾਰੀ ਨਹੀਂ ਹੋਇਆ ਬਾਰ ਬਾਰ ਇਤਰਾ ਹੀ ਹੁੰਦਾ ਰ ਪਰਮੇਸ਼ਵਰ ਦਾ ਦਾਸ ਉਹ ਰਾਜਾ ਨੂੰ ਦੱਸਦਾ ਰਿਹਾ ਔਰ ਰਾਜਾ ਉਹਦੀ ਗੱਲ ਮੰਨਦਾ ਰਿਹਾ ਔਰ ਫਿਰ ਬਾਚਦਾ ਰਿਹਾ ਪਰ ਜਦੋਂ ਇਹ ਗੱਲ ਆਰਾਮ ਦੇ ਰਾਜਾ ਨੂੰ ਪਤਾ ਲੱਗੀ ਕਿ ਮੈਂ ਕਿੰਨੇ ਤਿਆਰੀਆਂ ਕਰਨਾ ਵਾ ਕਿੰਨੀ ਵਾਰੀ ਸੋਚਿਆ ਵਾ ਕਿ ਇਹਨਾਂ ਦੇ ਨਾਲ ਮੈਂ ਲੜਾਂ ਪਰ ਫਿਰ ਵੀ ਇਹ ਮੇਰੇ ਹੱਥ ਵਿੱਚੋਂ ਬਚ ਕੇ ਕਿਤਰਾ ਨਿਕਲ ਜਾਂਦੇ ਹੈਗੇ ਜਦੋਂ ਉਹਨੇ ਸੋਚਿਆ ਤੇ ਆਪਣੇ ਸੈਨਿਕਾਂ ਨੂੰ ਪੁੱਛਣ ਲੱਗ ਗਿਆ ਕਿ ਜਿਹੜਾ ਸਾਡਾ ਜਿਹੜਾ ਪਲਾਨ ਹੀਗਾ ਜਿਹੜਾ ਇਹ ਸੋਚਿਆ ਹੀਗਾ ਕਿ ਜਾ ਕੇ ਉਹਨੂੰ ਫਸਾਵਾਂਗੇ ਮਾਰਾਂਗੇ ਪਰ ਉਹਨੂੰ ਕਿਤਰਾ ਪਤਾ ਲੱਗ ਜਾਂਦਾ ਵਾ ਹੱਡ ਤੋਂ ਵੀ ਪਹਿਲਾਂ ਉਹ ਕਿਤਰਾ ਬਚ ਜਾਂਦੇ ਹੈਗੇ ਫਿਰ ਆਉਂਦੇ ਹੀ ਦਾਸ ਨੇ ਇੱਕ ਗੱਲ ਰਾਜਾ ਨੂੰ ਆਰਾਮ ਦੇ ਰਾਜਾ ਨੂੰ ਦੱਸਿਆ ਕਿ ਉਹਨਾਂ ਦੇ ਵਿੱਚ ਇੱਕ ਅਲੀਸ਼ਾ ਵਗਾ ਜਿਹੜਾ ਭਵਿਸ਼ਯ ਵक्ता ਵਗਾ ਜਿਹੜਾ ਪਰਮੇਸ਼ਵਰ ਦਾ ਜਾਣਿਆ ਗਿਆ ਉਹ ਪਰਮੇਸ਼ਵਰ ਕੋ ਪੁੱਛਦਾ ਵਗਾ ਔਰ ਪਰਮੇਸ਼ਵਰ ਦੇ ਪਰਮੇਸ਼ਵਰ ਨੂੰ ਦਾਸ ਦਾ ਵਾ ਔਰ ਆ ਕੇ ਉਹ ਰਾਜਾ ਨੂੰ ਦਾਸ ਦਾ ਵਾ ਔਰ ਰਾਜਾ ਉਹਦੀ ਗੱਲ ਮੰਨਦਾ ਵਾ ਇਸ ਕਰਕੇ ਉਹ ਲੋਗ ਬਚ ਜਾਂਦੇ ਆ ਫਿਰ ਆਰਾਮ ਦਾ ਰਾਜਾ ਡਰ ਗਿਆ ਹਰੇ ਮੇਰ ਤੋਂ ਸਭ ਤੋਂ ਜ਼ਿਆਦਾ ਮੁਸੀਬਤ ਜਿਹੜੀ ਹੈਗੀ ਉਹ ਰਾਜਾ ਨਹੀਂ ਹੈਗਾ ਉਹ ਤੇ ਅਲੀਸ਼ਾ ਵਗਾ ਜੇ ਮੈਂ ਉਹਨੂੰ ਆਪਣੇ ਰਾਹ ਵਿੱਚੋਂ ਹਟਾ ਦੂੰਗਾ ਤੇ ਫਿਰ ਮੈਂ ਸਾਰੇ ਦੇਸ਼ ਨੂੰ ਕਬਜ਼ਾ ਕਰ ਸਕਣਾ ਵਾਂ ਔਰ ਇਜ਼ਰਾਈਲੀਆਂ ਨੂੰ ਵੀ ਹਰਾ ਸਕਣਾ ਵਾਂ ਫਿਰ ਉਹਨੇ ਜਿੱਥੇ ਉਹਨੇ ਪਤਾ ਲਾਇਆ ਕਿ ਜਿੱਥੇ ਅਲੀਸ਼ਾ ਰਹਿੰਦਾ ਵਗਾ ਉਥੋਂ ਉਥੇ ਉਥੇ ਦਾ ਪਤਾ ਲਾਇਆ ਔਰ ਉਹਨੇ ਆਪਣੇ ਸੈਨਾ ਨੂੰ भेजा और सारी सेना फौजा और शूरवीर भेजिया कि जिथे अलीशा रेंडया वा ओनू जाके जगह न घेर लो और घेर के ओनू फड़ के ला के आ जाओ और रात को और सुता ही अलीशा और राते रात रात उन्हें ने चुप चाप आ के पूरे उद्दे पूरे शहर को घेर लिया ताकि वो आलिशा फड़ सके ਪਰ ਜਦੋਂ ਸਵੇਰੇ ਸਵੇਰੇ ਅਲੀਸ਼ਾ ਦਾ ਦਾਸ ਨੀਂਦ ਤੋਂ ਜਾਗਿਆ ਔਰ ਉਹਨੇ ਵੇਖਿਆ ਕਿ ਬਾਹਰ ਤੇ ਅਮ ਬਾਹਰ ਤੇ ਅਰਾਮੀ ਜਿਹੜੇ ਹੈਗੇ ਇਹ ਸਾਰੇ ਜਣੇ ਹਨੂ ਘੇਰ ਕੇ ਬੈਠੇ ਹੈਗੇ ਹੁਣ ਇਥੋਂ ਇਥੋਂ ਹੀ ਬਚ ਨਹੀਂ ਸਕਦੇ ਔਰ ਇਥੋਂ ਹੀ ਨਿਕਲ ਨਹੀਂ ਸਕਦੇ ਔਰ ਉਹ ਡਰ ਗਿਆ ਔਰ ਕੰਮੰਡ ਆ ਪਿਆ ਫਿਰ ਉਹਨੇ ਜਾ ਕੇ ਆਪਣੇ ਅਲੀਸ਼ਾ ਨੂੰ ਜਾ ਕੇ ਖਾਲਿਆ ਅਨੇਕਿਆ ਕਿ ਅਲੀਸ਼ਾ ਜੀ ਇੱਕਾਰੀ ਉੱਠ ਕੇ ਵੇਖੋ ਕਿ ਸ਼ਤਰੂ ਜਿਹੜਾ ਹੈਗਾ ਜਿਹੜਾ ਸ਼ਤਰੂ ਆਰਾਮੀਆਗੇ ਇਹਨਾਂ ਨੇ ਸਾਨੂੰ ਘੇਰ ਲਿਆ ਵਗਾ ਇਹਨਾਂ ਵੱਡੀ ਫੌਜ ਨੂੰ ਤੇ ਸੈਨਿਕਾਂ ਨੂੰ ਔਰ ਸ਼ੂਰ ਵੀਰਾਂ ਨੂੰ ਲੈ ਕੇ ਆਏ ਆ ਹਨੂ ਫੜ ਸਕਣ ਜਾਂ ਤੇ ਹਨੂ ਮਾਰ ਸਕਣ ਪਰ ਆਰਾਮ ਦੇ ਨਾਲ ਅਲੀਸ਼ਾ ਉਠਿਆ ਉਹਨੇ ਆਪਣੇ ਦਾਸ ਜਿਹੜਾ ਡਰੰਡਿਆ ਹੈਗਾ ਉਹ ਉਹ ਸੈਨਿਕਾਂ ਨੂੰ ਵੇਖ ਕੇ ਉਹਨਾਂ ਨੂੰ ਆਖੰਡਾ ਪਿਆ ਹੁਣ ਤੂੰ ਹੀ ਡਰੋ ਨਾ ਉਹ ਹੰਤੂ ਡਰਨਾ ਏ ਕਰੀ ਵੇਹ ਜਿਹੜੀ ਉਹਨਾਂ ਦੀ ਸੇਨਾ ਵਾ ਉਤੋਂ ਵੀ ਜ਼ਿਆਦਾ ਕਈ ਸੇਨਾ ਜਿਹੜੀ ਹੈਗੀ ਸਾਡੇ ਪਿੱਛੇ ਹੈਗੀ ਏ ਕਰੀ ਪਿੱਛੇ ਮੁੜ ਕੇ ਵੇਖ ਜਦੋਂ ਉਹਨੇ ਉਹਦੇ ਦਾਸ ਨੂੰ ਆਖਿਆ ਕਿ ਪਿੱਛੇ ਮੁੜ ਕੇ ਏ ਕਰੀ ਵੇਖ ਉਹਨੇ ਪਿੱਛੇ ਮੁੜ ਕੇ ਜਦੋਂ ਵੇਖਿਆ ਤੇ ਉਹਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਫੇਰ ਅਲੀਸ਼ਾ ਨੇ ਪ੍ਰਾਰਥਨਾ ਕੀਤੀ ਕਿ ਮੇਰੇ ਜਿਹੜੇ ਦਾਸ ਆ ਗਿਆਂ ਇਹਦੀਆਂ ਆਤਮੀਆਂ ਅੱਖਾਂ ਨੂੰ ਖੋਲ ਦੇ ਜਦੋਂ ਫਿਰ ਉਹਨੇ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਔਰ ਉਹਦੀਆਂ ਆਤਮੀਆਂ ਅੱਖਾਂ ਜਿਹੜੀਆਂ ਹੀਆਂ ਖੋਲ ਦਿੱਤੀਆਂ ਔਰ ਜਦੋਂ ਉਹਨੇ ਪਿੱਛੇ ਮੁੜ ਕੇ ਵੇਖਿਆ ਕਿ ਸਵਰਗਦੂਤ ਜਿਹੜੇ ਹੀਗੇ ਕੋੜਿਆਂ ਦੇ ਉੱਤੇ ਤਲਵਾਰਾਂ ਨੂੰ ਫੜ ਕੇ ਲੜਨ ਵਾਤੀ ਤਿਆਰ ਹੀਗੇ ਅਲੀਸ਼ਾ ਵਾਹਤੀ ਓ ਪੈਣੋਰ ਪ੍ਰਾਉ ਪਰਮੇਸ਼ਵਰ ਦਾ ਵਚਨ ਅੱਜ ਹੱਡ ਨਿਵਾਤੀ ਆਇਆ ਵਾ ਪਰਮੇਸ਼ਵਰ ਜਿਹੜਾ ਵਾ ਆਪਣੇ ਲੋਕਾਂ ਦੀ ਮਦਦ ਕਰਦਾ ਵਗਾ ਆਹੀ ਮਸੀਬਤ ਨੂੰ ਜਦੋਂ ਵੈਨੇ ਆ ਉਦੋਂ ਡਰ ਜਾਂਨੇ ਆ ਲੁਕ ਜਾਂਨੇ ਆ ਔਰ ਫਿਰ ਨਿਰਾਸ਼ ਹੋ ਜਾਂਨੇ ਆ ਪਰ ਜਿਹੜੇ ਪਰਮੇਸ਼ਵਰ ਦੇ ਲੋਕ ਹੁੰਦੇ ਆਗੇ ਉਹ ਹਮੇਸ਼ਾ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਰੱਖਦੇ ਆ ਕਿ ਪਰਮੇਸ਼ਵਰ ਹਨ ਨੂੰ ਹਰ ਮੁਸੀਬਤਾਂ ਵਿੱਚੋਂ ਕੱਢੂਗਾ ਬਾਹ ਜਿਹੜਾ ਅਲੀਸ਼ਾ ਦਾ ਦਾਸ ਹੀਗਾ ਉਹਦਾ ਵਿਸ਼ਵਾਸ ਕਿ ਤਰ੍ਹਾਂ ਦਾ ਹੈਗਾ ਉਹ ਜਦੋਂ ਉੱਠਿਆ ਹੈਗਾ ਤੜਕੇ ਸਵੇਰੇ ਉਹਨੇ ਜਦੋਂ ਵੇਖਿਆ ਕਿ ਬਾਹ ਤੇ ਬਾਹ ਤੇ ਸੈਨਾ ਵਾਗੀ ਹਨ ਨੂੰ ਫੜਨ ਮਾਰਤੀ ਆਈ ਆ ਇਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਆਗੀਆਂ ਬੜੀ ਤੇਜ਼ ਤਲਵਾਰਾਂ ਵਾਗੀਆਂ ਇਹ ਬੜੇ ਸ਼ੂਰਵੀਰ ਆ ਲੜਨ ਵਾਲੇ ਆ ਲੜਾਕੂ ਆ ਇਹਨਾਂ ਦੇ ਨਾਲ ਅਸੀਂ ਕਿਤਰਾ ਲੜਾਂਗੇ ਹੁਣ ਸਾਨੂੰ ਕੋਈ ਵੀ ਬਚਾਉਣ ਵਾਲਾ ਨਹੀਂ ਆ ਇਸ ਕਰਕੇ ਆਪਣੇ ਮਨ ਹੀ ਮਨ ਡਰੰਡਾ ਪਿਆ ਉਹ ਪੈਨਰ ਪ੍ਰਾਉ ਹਾਡੇ ਜੀਵਾਂ ਵਿੱਚ ਵੀ ਜਦੋਂ ਕੋਈ ਮੁਸੀਬਤ ਆਉਂਦੀ ਆਵਾ ਜਿਹਦੇ ਤੇ ਅਸੀਂ ਵਿਸ਼ਵਾਸ ਕਰਨੇ ਆ ਜਦੋਂ ਕੋਈ ਸਾਨੂੰ ਉਹ ਤੋਖਾ ਦੇ ਦਿੰਦਾ ਵਾ ਜਿਹਦੇ ਤੇ ਅਸੀਂ ਸੋਚਨੇ ਆ ਇਹ ਸਾਨੂੰ ਕਦੀ ਵੀ ਤੋਖਾ ਨਹੀਂ ਦੇ ਸਕਦਾ ਉਦੋਂ ਜਦੋਂ ਕੋਈ ਸਾਨੂੰ ਤੋਖਾ ਦੇ ਦਿੰਦਾ ਵਾ ਜਾਂ ਹੀ ਕੋਈ ਮੁਸੀਬਤ ਵਿੱਚ ਪੈ ਜਾਂਨੇ ਆ ਜਾਂ ਹਾਡੇ ਤੇ ਕੋਈ ਪਹਾੜ ਟੁੱਟ ਜਾਂਦਾ ਵਗਾ ਜਾਂ ਹੀ ਕਿਤੇ ਲਾਸ ਹੋ ਜਾਂਨੇ ਆ ਯਾ ਤੇ ਆਹੀ ਕਮਜ਼ੋਰ ਕਿਤੇ ਹੋ ਜਾਣੇ ਆ ਉਦੋਂ ਆਹੀ ਕੀ ਕਰਨੇ ਆ ਉਦੋਂ ਆਹੀ ਲੜੰਡਾ ਉਦੋਂ ਆਹੀ ਕਮਜ਼ੋਰ ਹੋ ਜਾਣੇ ਆ ਡਰੰਡਾ ਪੈਣੇ ਆ ਔਰ ਲੁਕਨ ਦੀ ਕੋਸ਼ਿਸ਼ ਕਰਦੇ ਰਹਿਣੇ ਆ ਉਹ ਪੈਣ ਔਰ ਭਰਾਓ ਸ਼ਤ్రੂ ਜਿਹੜਾ ਵਾ ਜਿਹੜਾ ਸ਼ਿੱਤਾਂ ਨੇਗਾ ਉਹ ਹਾਡੇ ਰਾਮਾ ਨੂੰ ਇਤਰਾ ਹੀ ਬੰਦ ਕਰਕੇ ਰੱਖਦਾ ਵਾ ਤਾਂ ਕਿ ਇਹ ਡਰੀਏ ਔਰ ਪਰਮੇਸ਼ਵਰ ਕੋ ਦੂਰ ਹੋ ਜਾਈਏ ਸ਼ੈਤਾਨ ਦਾ ਕੰਮ ਇਹੋ ਹੀ ਆ ਕਿ ਪਰਮੇਸ਼ਵਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਫਸਾਵੇ ਉਹ ਔਰਨਾਂ ਨੂੰ ਪਰਮੇਸ਼ਵਰ ਤੋਂ ਦੂਰ ਕਰ ਦੇ ਇਸ ਕਰਕੇ ਉਹ ਸ਼ੈਤਾਨ ਜਿਹੜਾ ਵਾ ਪੂਰੀ ਚੱਲ ਚੱਲਦਾ ਵਗਾ ਔਰ ਹਨ ਨੂੰ ਸਾਦਿੰਦਾ ਵਗਾ ਤਾਂ ਕਿ ਅਹੀ ਪਰਮੇਸ਼ਵਰ ਕੋ ਪ੍ਰਾਰਧਨਾ ਨਾ ਕਰੀਏ ਨਾ ਹੀ ਉਹਦੇ ਅੱਲਾ ਹੀ ਵੇਖੀਏ ਜਦੋਂ ਮੁਸੀਬਤਾਂ ਸਾਡੇ ਘਰ ਵਿੱਚ ਸਾਡੇ ਸਿਰ ਦੇ ਉੱਤੇ ਹੁੰਦੀ ਆਵਾ ਅਹੀ ਉਹਦੋਂ ਪ੍ਰਾਰਧਨਾ ਨਹੀਂ ਕਰਦੇ ਉਹਦੋਂ ਅਹੀ ਪਰਮੇਸ਼ਵਰ ਵੱਲ ਨਹੀਂ ਵਹਿੰਦੇ ਔਰ ਜਾ ਕੇ ਉਹ ਹੀ ਜਿਹੜੀਆਂ ਸਾਡੀਆਂ ਮੁਸੀਬਤਾਂ ਹੁੰਦੀਆਂ ਆਵਾ ਅਹੀ ਉਹਦੇ ਉੱਤੇ ਫੋਕਸ ਆਪਣਾ ਕਰਦੇ ਰਹਿਨੇ ਆ ਔਰ ਪਰਮੇਸ਼ਵਰ ਨੂੰ ਪੁੱਲ ਜਾਣੇ ਆ ਔਰ ਪੁੱਲ ਜਾਣੇ ਆ ਉਹ ਵਚਨ ਨੂੰ ਕਿ ਜਿਹੜਾ ਪਰਮੇਸ਼ਵਰ ਨੇ ਕਿਹਾ ਵਗਾ ਪਰਮੇਸ਼ਵਰ ਨੇ ਕਿਹਾ ਵਾ ਕਿ ਮੈਟਾਡੇ ਨਾਲ ਰਹੂਗਾ ਮੈਟਾਦੇਵਾਤੀ ਆਪਣੇ ਸਵਰਗਦੂਤਾ ਨੂੰ ਵੀ ਕਲਾਉਂਗਾ ਤੂੰ ਇਹ ਸੋਚਦੇ ਹੋਣੇ ਜੇ ਕਿ ਹੁਣ ਤੇ ਹੱਡ ਕੋ ਕੋਈ ਰਾਹ ਬਚਿਆ ਹੀ ਨਹੀਂ ਆ ਹੁਣ ਅਸੀਂ ਬਚ ਨਹੀਂ ਸਕਦੇ ਹੁਣ ਅਸੀਂ ਕਦੀ ਵੀ ਇਸ ਦੇ ਵਿੱਚੋਂ ਨਹੀਂ ਨਿਕਲ ਸਕੇ ਹਨ ਉਹ ਤੇ ਸ਼ੈਤਾਨ ਨੇ ਪੂਰੀ ਚਾਰੋਂ ਔਰ ਹਨ ਨੂੰ ਘੇਰ ਕੇ ਰੱਖਿਆ ਹੋਇਆ ਵਾ ਇੱਥੋਂ ਕੋਈ ਹੁਣ ਰਾਹ ਹੋਈ ਨਹੀਂ ਸਕਦਾ ਉਹ ਪੈਨਰ ਪ੍ਰਾਉ ਇਹ ਜਿਹੜੀ ਸੋਚੀਗੀ ਇਹ ਅਲੀਸ਼ਾ ਦੇ ਦਾਸ ਦੀ ਸੋਚੀਗੀ ਉਹ ਪੈਨਰ ਪ੍ਰਾਉ ਅੱਜ ਪਰਮੇਸ਼ਰ ਬੁਚੰਡਿਆਵਾ ਕਿ ਟਾਡੀ ਸੋਚ ਕਿਤਰਾ ਦੀ ਆ ਤੂੰ ਹੀ ਕਿਤਰਾ ਸੋਚ ਦੇ ਜੇ ਉਹ ਪੈਨਰ ਪ੍ਰਾਉ ਅਲੀਸ਼ਾ ਤੇ ਰਾਤ ਭਰ ਚੰਗੀ ਨੀਂਦ ਨਾਲ ਸੁਤਾ ਹੋਇਆ ਹੈਗਾ ਉਹਨੂੰ ਕੁਝ ਫਰਕ ਨਹੀਂ ਪਿਆ ਪਰ ਜਿਹਦਾ ਦਾਸ ਡਰ ਕੇ ਆ ਕੇ ਅਲੀਸ਼ਾ ਨੂੰ ਡਰ ਉਠ ਥਾਲਿਆ ਅੰਨੇ ਆਕੇ ਕਿ ਉੱਠ ਕੇ ਇੱਕਾਰੀ ਵੇਖੋ ਕਿ ਅਹੀ ਤੇ ਪੂਰੇ ਕਿਰ ਗਏ ਆਗੇ ਸਾਡਾ ਸ਼ਤਰੂ ਜਿਹੜਾ ਵਾ ਹਣੂ ਕੇਰ ਕੇ ਬੈਠਾ ਵਗਾ ਹੁਣ ਸਾਡੇ ਬਾਤੀ ਰਾਹ ਨਹੀਂ ਆ ਬਾਹਰ ਜਾਣ ਮਾਤੀ ਹੁਣ ਸਾਨੂੰ ਕੋਈ ਬਚਾਉਣ ਵਾਲਾ ਨਹੀਂ ਆ ਹੁਣ ਅਹੀ ਬਸ ਮਰ ਗਏ ਆ ਹੁਣ ਇਹਨਾਂ ਨੇ ਸਾਨੂੰ ਮਾਰ ਦੇਣਾ ਵਾ ਔਰ ਹੁਣ ਇਹਨਾਂ ਨੇ ਲਾ ਕੇ ਜਲ ਜਣਾਵਾਗਾ ਪਰ ਅਲੀ샤 ਸਵੇਰੇ ਸਵੇਰੇ ਆਰਾਮ ਦੇ ਨਾਲ ਉੱਠਿਆ ਉਹ ਪੈਣਰ ਭਰਾ ਜਦੋਂ ਅਸੀਂ ਵੀ ਕਦੀ ਸੁੱਤੇ ਹੁੰਨੇ ਆ ਗਹਿਰੀ ਨੀਂਦ ਦੇ ਵਿੱਚ ਸਵੇਰੇ ਸਵੇਰੇ ਕੋਈ ਆ ਕੇ ਸਾਨੂੰ ਇਤਰਾ ਹੀ ਡਰੋਂਦਾ ਸੁਸਮਾਚਾਰ ਦੇ ਦੇ ਕਿ ਦੇਖ ਤੇਰਾ ਬਿਜ਼ਨਸ ਜਿਹੜਾ ਲਾਸ ਹੋ ਗਿਆ ਵਾ ਤੈਨੂੰ ਧੋਖਾ ਦੇ ਦਿੱਤਾ ਵਾ ਤੇਰੇ ਨਾਲ ਉਹ ਹੋ ਗਿਆ ਤੇਰੇ ਨਾਲ ਉਹ ਹੋ ਗਿਆ ਜਦੋਂ ਕੋਈ ਹਾਨੀ ਜੀਵਨਾ ਵਿੱਚ ਕਹਿੰਦੇ ਆ ਤਾਂ ਹੀ ਕੀ ਕਰਨੇ ਆ ਉਦੋਂ ਬਹਿ ਕੇ ਸਵੇਰੇ ਸਵੇਰੇ ਰੋਂਡਾ ਪੈਣਿਆ ਉਹ ਪਰੇਸ਼ਾਨੀ ਨੂੰ ਸੋਚਦੇ ਰਹਿੰਨੇ ਆ ਕੇ ਸਵੇਰੇ ਸਵੇਰੇ ਹਾਨੂੰ ਕਹਿੋ ਜਿਆ ਸੰਦੇਸ਼ਾ ਮਿਲਿਆ ਵਗਾ ਉਹ ਪੈਣਰ ਪ੍ਰਾਉ ਇੱਥੇ ਐਲੀਸ਼ਾ ਨੂੰ ਵੀ ਸਵੇਰੇ ਸਵੇਰੇ ਇੱਕ ਸੰਦੇਸ਼ਾ ਮਿਲਿਆ ਉਹਦੇ ਦਾਸ ਕੋ ਕਿਆ ਹੀ ਘਿਰ ਗਏ ਅਗੇ ਹੁਣ ਹਾਨੂੰ ਕੋਈ ਬਚਾ ਨਹੀਂ ਸਕਦਾ ਉਹ ਪੈਨਰ ਰੌਕ ਕਈ ਲੋਕੀ ਮਸੀਬਤਾਂ ਆਵੇਂ ਚ ਇਤਰਾ ਪੈ ਰਹਿੰਦੇ ਆ ਸਵੇਰੇ ਸਵੇਰੇ ਉੱਠਦੇ ਆਗੇ ਸੁ ਸਮਾਚਾਰ ਨੂੰ ਸੁਣਦੇ ਆ ਤੇ ਫਿਰ ਬਰਦਾਸ਼ ਨਹੀਂ ਕਰ ਸਕਦੇ ਉਹਦੇ ਵਿੱਚ ਉਹ ਹੀ ਸੋਚਦੇ ਰਹਿੰਦੇ ਆ ਕਿ ਹੁਣ ਅਹੀਂ ਕਿਤਰਾ ਕਰਾਂਗੇ ਹੁਣ ਇਹਦੇ ਵਿੱਚੋਂ ਅਹੀਂ ਕਿਤਰਾ ਨਿਕਲਾਂਗੇ ਸ਼ੈਤਾਨ ਨੇ ਤੁਹਾਨੂੰ ਕੇਅਰ ਕੇ ਰੱਖਿਆ ਵਾ ਸ਼ੈਤਾਨ ਨੇ ਹਾਨੂੰ مصیبتਾਂ ਵਿੱਚ ਪਾਇਆ ਵਾ ਸ਼ੈਤਾਨ ਨੇ ਹਾਨੂੰ ਉਹ ਕਰ ਲਿਆ ਵਗਾ بس ਦਿਨ ਭਰ پورا ਉਹ ਹੀ ਸੋਚਦੇ ਰਹਿੰਦੇ ਆਂ ਔਰ ਰਾਤ ਨੂੰ ਜਦੋਂ ਸੌਂਦਾ ਵੇਲਾ ਆਉਂਦਾ ਵਗਾ ਉਦੋਈ ਹੀ ਉਹ ਹੋਏ ਸੋਚਦੇ ਰਹਿੰਨੇ ਆ ਔਰ ਸੌਣ ਵੀ ਸੌ ਵੀ ਨਹੀਂ ਪਉਂਦੇ ਔਰ ਨਾ ਹੀ ਹਾਨੂੰ ਨੀਂਦ ਆਉਂਦੀ ਆ ਫੇਰ ਜਾ ਕੇ ਹੀ ਡਾਕਟਰਾਂ ਨੂੰ ਵਿਖਾਲਨੇ ਆਗੇ ਡਾਕਟਰ ਵੀ ਦਵਾਈ ਦੇ ਦਿੰਦੇ ਆ ਪਰ ਫੇਰ ਵੀ ਕਦੀ ਨੀਂਦ ਆਉਂਦੀ ਨਹੀਂ ਆ ਕਿਉਂ ਨੀਂਦ ਨਹੀਂ ਆਉਂਦੀ ਕਿਉਂਕਿ ਸ਼ੈਤਾਨ ਨੇ ਕੇਰ ਕੇ ਰੱਖਿਆ ਵਾ ਸ਼ੈਤਾਨਿਆਂ ਨੂੰ ਕੇਰ ਕੇ ਰੱਖਿਆ ਵਾ ਇਸ ਕਰਕੇ ਹੀ ਸ਼ੈਤਾਨ ਦੇ ਬਾਰੇ ਵਿੱਚ ਹੀ ਜ਼ਿਆਦਾ ਸੋਚਨੇ ਆ ਇਸ ਕਰਕੇ ਹੀ ਪਰਮੇਸ਼ਵਰ ਦੀ ਮਹਿਮਾ ਨਹੀਂ ਕਰ ਪਉਂਦੇ ਉਹ ਪਰਾਉ ਪਾਰੈਲੈਸ਼ਾ ਜਦੋਂ ਸਵੇਰੇ ਉੱਠਿਆ ਹੈਗਾ ਉਹ ਹਸੰਡਿਆ ਪਿਆ ਉਹ ਅਖੰਡਿਆ ਕਿ ਤੂੰ ਕਿਉਂ ਡਰਨਾ ਮਾ ਆਪਣੇ ਦਾਸ ਨੂੰ ਅਖੰਡਿਆ ਤੂੰ ਕਿਉਂ ਡਰਨ ੜਿਆ ਮਗਾ ਕਬਰਾਨਾ ਜਿਹੜੇ ਸਾਡੇ ਪਿੱਛੇ ਹੈਗੇ ਉਹ ਇਹਨਾਂ ਤੋਂ ਵੀ ਜ਼ਿਆਦਾ ਵਗੇ ਉਹਨਾਂ ਜਦੋਂ ਪਿੱਛੇ ਮੁੜ ਕੇ ਵੇਖਿਆ ਉਹਦੀਆਂ ਜਿੰਦਗੀਆਂ ਅੱਖਾਂ ਖੁੱਲੀਆਂ ਹੈ ਆਤਮਾ ਦੀਆਂ ਅੱਖਾਂ ਖੁੱਲੀਆਂ ਹੈ ਜਦੋਂ ਉਹਨੇ ਉਹਦੇ ਦਾਸ ਨੇ ਪਿੱਛੇ ਮੁੜ ਕੇ ਵੇਖਿਆ ਔਰ ਵੇਖਿਆ ਕਿ ਸਵਰਗਦੂਤ ਜਿਹੜਾ ਪਰਮੇਸ਼ਵਰ ਨੇ ਸਵਰਗਦੂਤਾਂ ਨੂੰ ਕਲਾਇਆ ਹੈਗਾ ਐਲੀਸ਼ਾ ਦੀ रक्षा ਕਰਨਵਾ ਹਤੀ ਔਰਨ ਨੂੰ ਬਚਾਉਣਵਾ ਹਤੀ ਜਿੰਨੇ ਵੀ ਜਿੰਨੇ ਵੀ ਆਏ ਹੀਗੇ ਸੈਨਿਕ ਉਨ ਤੋਂ ਵੀ ਜ਼ਿਆਦਾ ਕਈ ਜ਼ਿਆਦਾ ਜਿਹੜੀ ਸੇਨਾ ਹੈਗੀ ਉਹ ਜਿਹੜੀ ਹੀ ਸਵਰਗ ਦੂਤਾਂ ਦੀ ਹੀ ਉਹ ਪੈਨਰ ਪ੍ਰਾਹ ਹਨੂ ਕਦੀ ਵੀ ਪੁੱਲਣਾ ਨਹੀਂ ਚਾਹੀਦਾ ਕਿ ਪਰਮੇਸ਼ਰ ਹੱਡੇ ਵਾਤੀ ਲੜੂਗਾ 아이 ਜਦੋਂ ਮੁਸੀਬਤਾਂ ਵਿੱਚ ਹੁੰਨੇ ਆ 아이 ਜਦੋਂ ਤਕਲੀਫਾਂ ਵਿੱਚ ਹੁੰਨੇ ਆ 아이 ਜਦੋਂ ਕਿਰਜਾਂ ਨੇ ਆ ਜਦੋਂ ਕੋਈ ਰਾਹ ਨਹੀਂ ਕਾ ਹੁੰਦਾ ਉਦੋਂ ਸੋਚਨੇ ਆਂ ਹੁਣ ਕੋਈ ਰਾਹ ਨਹੀਂ ਆਗਾ ਪਰ ਪਰਮੇਸ਼ਵਰ ਦੇਵਤੇ ਵਿਸ਼ਵਾਸ ਰੱਖੋਗੇ ਤੇ ਪਰਮੇਸ਼ਵਰ ਟਾਡੇ ਵਾਹਤੀ ਵੀ ਇੱਕ ਰਾਨੂ ਕੱਢੂਗਾ ਜੇ ਤੂੰ ਇਹ ਸੋਚ ਦੇ ਦੇ ਕਿ ਹੁਣ ਇਹਨਾਂ ਦੇ ਨਾਲ ਅਸੀਂ ਨਹੀਂ ਲੜ ਸਕਦੇ ਤੇ ਪਰਮੇਸ਼ਵਰ ਟਾਡੇ ਵਾਹਤੀ ਆਪਣੇ ਸਵਰਗਦੂਤਾ ਨੂੰ ਵੀ ਕਲਾਊਗਾ ਜਿਤਰਾ ਐਲੀਸ਼ਾ ਵਾਹਤੀ ਪਰਮੇਸ਼ਵਰ ਨੇ ਸਵਰਗਦੂਤਾ ਨੂੰ ਕਲਾਇਆ ਹੀਗਾ ਲੜਨ ਵਾਹਤੀ ਉਹਨੇ ਉਹਦੇ ਵਾਹਤੀ ਔਰ ਉਹਨੂੰ مصیبت ਵਿੱਚੋਂ ਬਾਹਰ ਕੱਢਣ ਵਾਹਤੀ ਪਰਪੈਣ ਔਰ ਪ੍ਰਾਉ Xerte ਕਿ ਤਨਵੀ ਵਿਸ਼ਵਾਸ ਰੱਖਣਾ ਪਊਗਾ ਅਲੇਸ਼ਾ ਵਰਗਾ ਜਿਤਰਾ ਅਲੇਸ਼ਾ ਨੇ ਵਿਸ਼ਵਾਸ ਕੀਤਾ ਹੈਗਾ ਉਹ ਵਿਸ਼ੇਨ ਨੂੰ ਵੇਖ ਕੇ ਡਰਿਆ ਨਹੀਂ ਹੀਗਾ ਕਿ ਇਹਨਾਂ ਨੇ ਸਾਨੂੰ ਕੇਰ ਲਿਆਵਾ ਇਹਨਾਂ ਨੇ ਸਾਨੂੰ ਮਾਰ ਦੇਣਾ ਵਾ ਜਾਂ ਫੜ ਕੇ ਲੈ ਜਾਣਾ ਵਾ ਉਹ ਨੂੰ ਆਪਣੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਹੀਗਾ ਕਿ ਪਰਮੇਸ਼ਵਰ ਮੇਰੇ ਵਾਤੀ ਆਪਣੇ ਸਵਰਗਦੂਤਾਂ ਨੂੰ ਕਲਊਗਾ ਮੇਰੇ ਵਾਤੀ ਉਹ ਆ ਕੇ ਲੜੂਗਾ ਉਹ ਪੈਣਰ ਪ੍ਰੋ ਕਿੰਨੇ ਲੋਕੀ ਵਿਸ਼ਵਾਸ ਕਰਦੇ ਆ ਜ ਇਸ ਵਚਨ ਦੇ ਤੇ ਕਿੰਨੇ ਲੋਕੀ ਸੋਚਦੇ ਆ ਕਿੰਨੇ ਲੋਕੀ ਦੁੱਖਰ ਤਕਲੀਫਾਂ ਦੇ ਵਿੱਚ ਪੈ ਜਾਂਦੇ ਆ ਪਰ ਕਦੀ ਉਹ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦੇ ਬਸ ਮੁਸੀਬਤਾਂ ਦੇ ਬਾਰੇ ਵਿੱਚ ਹੀ ਸੋਚਦੇ ਰਹਿੰਦੇ ਆ ਪਰ ਅੱਜ ਤੋਂ ਆਪਣੀ ਸੋਚ ਨੂੰ ਬਦਲੋ ਸੋਚ ਕੇ ਵੇਖੋ ਕਿ ਪਰਮੇਸ਼ਰ ਹਾਡੇ ਨਾਲ ਆ ਔਰ ਹਨ ਨੂੰ ਮੁਸੀਬਤਾਂ ਵਿੱਚੋਂ ਕੱਡੂਗਾ ਜਿਤਰਾ ਅਲੀਸ਼ਾ ਵਾਤੀ ਲੜਨ ਵਾਤੀ ਸਵਰਗਦੂਤਾ ਨੂੰ ਪਰਮੇਸ਼ਵਰ ਨੇ ਕਲਾਇਆ ਹੈਗਾ ਜੇ ਤੋ ਹੀ ਵੀ ਵਿਸ਼ਵਾਸ ਕਰੋਗੇ ਤੇ ਟਾਡ ਨੂੰ ਵੀ ਬਾਹਰ ਕੱਢਣ ਵਾਤੀ ਔਰ ਟਾਡੇ ਵਾਤੀ ਲੜਨ ਵਾਤੀ ਵੀ ਪਰਮੇਸ਼ਵਰ ਆਪਣੇ ਸਵਰਗਦੂਤਾ ਨੂੰ ਕਲੌਗਾ ਔਰ ਜਿੰਨੀ ਵੀ ਸੈਨਾ ਹੈਗੀ ਉਥੇ ਜਿਹੜੇ ਆਰਾਮੀ ਲੋਕ ਜਿਹੜੀ ਸੈਨਾ ਹੈਗੀ ਉਹ ਨਵ ਆਤੀ ਫਿਰ ਪਰਮੇਸ਼ਵਰ ਦੇ ਦਾਸ ਨੇ ਪ੍ਰਾਰਧਨਾ ਕੀਤੀ ਪਰਮੇਸ਼ਵਰ ਦੇ ਦਾਸ ਨੇ ਪ੍ਰਾਰਧਨਾ ਕੀਤੀ ਕਿ ਜਿਹੜੇ ਅਮੋਰੀ ਜਿਹਨੇ ਹਾਨੂੰ ਘੇਰ ਕੇ ਬੈਠੇ ਆ ਇਹਨਾਂ ਨੂੰ ਸਾਰਿਆਂ ਨੂੰ ਅੰਨੇ ਕਰ ਦੇ ਫਿਰ ਪਰਮੇਸ਼ਵਰ ਨੇ ਉਹਦੀ ਪ੍ਰਾਰਧਨਾ ਨੂੰ ਸੁਣਿਆ ਔਰ ਸਾਰਿਆਂ ਨੂੰ ਅੰਨ੍ਹਾ ਕਰ ਦਿੱਤਾ ਔਰ ਕੋਈ ਵੀ ਉਹਨੂੰ ਅਲਿਸ਼ਾ ਨੂੰ ਨਹੀਂ ਲੱਭ ਪਾਇਆ ਪਰ ਅਲਿਸ਼ਾ ਉਹਨਾਂ ਨੂੰ ਉਹ ਜਗ੍ਹਾ ਤੇ ਲੈ ਕੇ ਚਲ ਗਿਆ ਜਿੱਥੇ ਆਲੀਸ਼ਾ ਉਹਨਾਂ ਨੂੰ ਲੈ ਕੇ ਜਾਣਾ ਚਾਹੁੰਦਾ ਹੈਗਾ ਫਿਰ ਜਦੋਂ ਪਰਮੇਸ਼ਵਰ ਕੋ ਫਿਰ ਤੋਂ ਆਲੀਸ਼ਾ ਨੇ ਪ੍ਰਾਰਥਨਾ ਕੀਤੀ ਕਿ ਇਹ ਜਿਹੜੇ ਸੈਨਿਕ ਆਰਾਮ ਆਰਾਮ ਦੇ ਜਿਹੜੇ ਸੈਨਿਕ ਇਹਗੇ ਇਹਨਾਂ ਦੀ ਸਾਰਿਆਂ ਦੀਆਂ ਅੱਖਾਂ ਨੂੰ ਖੋਲ ਦੇ ਫਿਰ ਪਰਮੇਸ਼ਵਰ ਨੇ ਉਹਨਾਂ ਦੀਆਂ ਅੱਖਾਂ ਨੂੰ ਖੋਲ ਦਿੱਤਾ ਜਦੋਂ ਉਹਨਾਂ ਨੇ ਸੈਨਿਕਾਂ ਨੇ ਅੱਖਾਂ ਖੋਲ ਕੇ ਵੇਖਿਆ ਤੇ ਵੇਖਿਆ ਕਿ ਇਜ਼ਰਾਈਲ ਦੇ ਰਾਜਾ ਦੇ ਸਾਹਮਣੇ ਉਹ ਇਜ਼ਰਾਈਲੀਆ ਦੀ ਸੈਨਾ ਦੇ ਕੇਰੇ ਦੇ ਵਿੱਚ ਉਹ ਅਮੋਰੀ ਆ ਕੇ ਕਸ ਗਏ ਹੀ ਗਏ ਉਹ ਪੈਣੌਰ ਪ੍ਰੋ ਜੇ ਪਰਮੇਸ਼ਵਰ ਤੇ ਵਿਸ਼ਵਾਸ ਰੱਖੋਗੇ ਤੇ ਪਰ ਜਿਹੜਾ ਤੁਹਾਨੂੰ ਕੇਰ ਕੇ ਬੈਠਾ ਵਾ ਸ਼ੈਤਾਨ ਤੁਹਾਡੇ ਕੇਰੇ ਵਿੱਚ ਉਹ ਆ ਜਾਊਗਾ ਜਿਤਨਾ ਕਿ ਅਮੋਰੀਆ ਦੇ ਹੱਥ ਵਿੱਚ ਇਜ਼ਰਾਈਲੀ ਉਹ ਅਮੋਰੀਆ ਇਜ਼ਰਾਈਲੀਆਂ ਦੇ ਹੱਥ ਵਿੱਚ ਅਮੋਰੀਆ ਨੂੰ ਕਰ ਦਿੱਤਾ ਹੈਗਾ ਕੇਰਾ ਅਮੋਰੀ ਪਹਿਲੋਂ ਆਏ ਹੀ ਗਏ ਕੇਰਾ ਉਹਨਾਂ ਨੇ ਪਾ ਲੈ ਆਏਗਾ ਅਲੀਸ਼ਾ ਨੂੰ ਫੜਨਵਾਤੀ ਪਰ ਪਰਮੇਸ਼ਵਰ ਕੋਲ ਨੇ પ્રાર્થના ਕੀਤੀ ਤੇ ਖੁਦ ਉਹ ਖੁਦ ਉਹ ਆਪਣੇ ਹੀ ਕੇਰੇ ਦੇ ਵਿੱਚ ਖੁਦ ਫਸ ਗਏ ਇਜ਼ਰਾਈਲੀਆਂ ਦੇ ਕੇਰੇ ਦੇ ਵਿੱਚ ਉਹ ਪੈਨਰ ਪਰ ਫਿਰ ਇਜ਼ਰਾਈਲ ਦਾ ਰਾਜਾ ਕੈਂਡਾਪਿਆ ਅਲੀਸ਼ਾ ਨੂੰ ਪੁੱਛਦਾ ਕਿ ਹੁਣ ਮੈਂ ਇਹਨਾਂ ਨੂੰ ਮਾਰਦਾ ਪਰ ਅਲੀਸ਼ਾ ਆਂਦਾ ਨਾ ਇਹਨਾਂ ਨੂੰ ਨਾ ਮਾਰੀ ਇਹਨਾਂ ਨੂੰ ਰੋਟੀ ਖਵਾਲ ਤੇ ਪਾਣੀ ਪਿਆਲ ਔਰ ਇਹਨਾਂ ਨੂੰ ਆਪਣੇ ਘਰ ਜਾਣ ਦੇ ਵਾਪਸ ਆਪਣੇ ਦੇਸ਼ ਵਿੱਚ ਅਮੋਰੀਆ ਦੇ ਦੇਸ਼ ਵਿੱਚ ਫਿਰ ਉਹਨੇ ਫਿਰ ਰਾਜਾ ਇਜ਼ਰਾਈਲੀ ਦੇ ਰਾਜਾ ਨੇ ਉਹਨਾਂ ਨੂੰ ਸਾਰੇ ਸੈਨਿਕਾਂ ਨੂੰ ਜਿਹੜੇ ਅਮੋਰੀਆ ਦੇ ਅਮੋਰੀਆ ਦੇ ਸੈਨਿਕ ਹੀ ਗਏ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਟਿਕ ਵਾਲੀ ਪਾਣੀ ਪਿਆ ਲਿਆ ਔਰ ਉਹਨਾਂ ਨੂੰ ਘਰ ਵਾਪਸ ਜਾਨ ਦਿੱਤਾ ਆਪਣੇ ਸ਼ਤਰੂਆਂ ਨੂੰ ਉਹ ਪੈਣ ਔਰ ਪ੍ਰੋ ਇੱਕ ਅਰੀ ਸੋਚ ਕੇ ਵੇਖੋ ਜਦੋਂ ਤੁਹਾਡੇ ਸ਼ਤਰੂਆਂ ਨੂੰ ਪਰਮੇਸ਼ਵਰ ਤੁਹਾਡੇ ਹਵਾਲੇ ਕਰ ਦਿੰਦਾ ਜਾ ਤਾਂ ਤਾਂ ਹਵਾਲੇ ਜੇ ਕਿਤੇ ਕਾਰਵੀ ਦੇ ਤਾਂ ਤੁਸੀਂ ਉਹਨਾਂ ਦੇ ਨਾਲ ਕੀ ਕਰੋਗੇ ਤੁਸੀਂ ਉਹਨਾਂ ਨੂੰ ਮਾਫ ਕਰੋਗੇ ਜਾਂ ਜਿੰਦਾ ਛੱਡ ਦੋਗੇ ਜਾਂ ਉਹਨਾਂ ਨੂੰ ਰੋਟੀ ਖਵਾਲ ਕੇ ਮਾਫ ਕਰਕੇ ਉਹਨਾਂ ਨੂੰ ਵਾਪਸ ਕਲਾ ਦੋਗੇ ਉਹ ਪੈਣੋ ਪਰੋ ਇਹ ਜਿਹੜਾ ਵਾ ਪ੍ਰਭੂ ਈਸ਼ੂ ਮਸੀਹ ਦਾ ਸਵਭਾਵਿਕ ਖੰਡਾ ਵਗਾ ਅਲੇਸ਼ ਨੂੰ ਆਕੇ ਕੇਰ ਲਿਆ ਹੀਗਾ ਅਮੋਰੀਆ ਦੇ ਸੈਨਿਕਾਂ ਨੇ ਪਰ ਉਨਾਂ ਕੋ ਅਲੀਸ਼ਾ ਨਹੀਂ ਡਰਿਆ ਜਦੋਂ ਅਲੀਸ਼ਾ ਨੇ ਪ੍ਰਾਧਨਾ ਕੀਤੀ ਤੇ ਅਮੋਰੀਆ ਨੂੰ ਉਹਨਾਂ ਦੇ ਹੱਥ ਅਲੀਸ਼ਾ ਦੇ ਹੱਥ ਵਿੱਚ ਕਰ ਦਿੱਤਾ ਇਜ਼ਰਾਈਲੀਆਂ ਦੇ ਹੱਥ ਵਿੱਚ ਕਰ ਦਿੱਤਾ ਪਰ ਹੱਥ ਵਿੱਚ ਹੈ ਗਰੇ ਹੋਏ ਹੀ ਗਏ ਸੈਨਿਕ ਪਰ ਫਿਰ ਵੀ ਉਹਨਾਂ ਨੂੰ ਨਹੀਂ ਮਾਰਿਆ ਉਲਟਾ ਉਹਨਾਂ ਨੂੰ ਰੋਟੀ ਪਾਣੀ ਖਵਾਲ ਕੇ ਤ੍ਰੁਪਤ ਕਰਕੇ ਉਹਨਾਂ ਨੂੰ ਆਪਣੇ ਦੇਸ਼ ਵਿੱਚ ਕਲਾ ਦਿੱਤਾ ਉਹ ਪੈਣਰ ਪਰ ਜਦੋਂ ਸਾਡੇ ਸ਼ਤਰੂ ਸਾਡੇ ਸਾਹਮਣੇ ਆ ਜਾਂਦੇ ਆ ਉਦੋਂ ਕੀ ਕਹਿੰਨੇ ਕੀ ਕਰਨੇ ਹੈਗੇ ਅਸੀਂ ਉਹਨਾਂ ਨੂੰ ਮਾਫ ਕਰ ਪਾਉਨੇ ਆ ਜਾਂ ਉਹਨਾਂ ਨੂੰ ਗਲੇ ਲਾਉ ਪਾਉਨੇ ਹੈਗੇ ਉਹ ਪੈਣ ਔਰ ਭਾਉ ਜਦੋਂ ਸਾਡੇ ਸ਼ਤਰੂ ਸਾਡੇ ਸਾਹਮਣੇ ਹੁੰਦੇ ਆ ਅਸੀਂ ਉਹਨਾਂ ਨੂੰ ਕਦੀ ਰੋਟੀ ਖਵਾਲ ਪਾਉਨੇ ਆ ਜਾਂ ਪਾਣੀ ਵੀ ਪੁੱਛਨੀ ਹੈਗੇ ਅੱਜ ਪਰਮੇਸ਼ਵਰ ਇਸ ਵਚਨ ਦੇ ਨਾਲ ਹੱਡ ਨਾਲ ਗੱਲ ਕਰਨ ਡਿਆ ਵਾ ਹਲਿਸ਼ਾ ਨੇ ਉਸੈਨਿਕ ਦਾ ਗਲਤ ਫਾਇਦਾ ਨਹੀਂ ਹੋ ਚੁੱਕਿਆ ਕਿ ਇਹ ਇਸੈਨਿਕ ਜਿਹੜੇ ਹੈਗੇ ਫਸ ਗਏ ਆ ਹੁਣ ਇਹਨਾਂ ਨੂੰ ਮਾਰ ਦਿੰਨੇ ਹੈਗੇ ਅਲੀਸ਼ਾ ਨੇ ਉਹਨਾਂ ਦੇ ਉੱਤੇ ਦੈਵ ਖਾਲੀ ਔਰ ਉਹਨਾਂ ਰੋਟੀ ਖਵਾਲੀ ਪਾਣੀ ਪਿਆ ਲਿਆ ਔਰ ਉਹਨਾਂ ਨੂੰ ਆਪਣੇ ਘਰ ਵਿੱਚ ਫਿਰ ਤੋਂ ਵਾਪਸ ਕਲਾ ਦਿੱਤਾ ਕਿਉਂਕਿ ਪਰਮੇਸ਼ਵਰ ਦੇ ਨਾਲ ਹੀਗਾ ਹੋ ਪੈਣਾ ਰੋ ਅੱਜ ਪਰਮੇਸ਼ਵਰਾਂ ਨੂੰ ਪੁੱਛਣ ਡਿਆ ਵਾ ਕਿ ਤੁਸੀਂ ਕਿਤਰਾ ਦਾ ਵਿਸ਼ਵਾਸ ਕਰਦੇ ਜੀ ਤੁਸੀਂ ਅਲੀਸ਼ਾ ਦੇ ਜਿਹੜਾ ਦਾਸ ਜਿਹੜਾ ਸਵੇਰੇ ਸਵੇਰੇ ਉੱਠ ਕੇ ਡਰ ਗਿਆ ਹੀਗਾ ਟਾੜਾ ਵਿਸ਼ਵਾਸ ਉਤਰਾਂ ਦਾ ਵਗਾ ਡਰਨ ਵਾਲਾ ਸੁਭਾਅ ਵਾ ਤੇ ਅੱਜ ਪਰਮੇਸ਼ਵਰ ਆਖੰਡਿਆਵਾ ਇਹ ਡਰਨ ਵਾਲੇ ਸਭਾ ਨੂੰ ਜਿਹੜਾ ਵਾ ਬਾਹਰ ਕੱਢੋ ਔਰ ਨੂੰ ਨੇੜਰ ਹੋ ਕੇ ਪਰਮੇਸ਼ਵਰ ਦੇਤੇ ਵਿਸ਼ਵਾਸ ਕਰੋ ਸਾਡਾ ਜਿਹੜਾ ਵਿਸ਼ਵਾਸ ਆ ਆਲੀਸ਼ਾ ਵਰਗਾ ਹੋਣਾ ਚਾਹੀਦਾ ਵਗਾ ਜਿਹੜਾ ਸਵੇਰੇ ਉੱਠਿਆ ਆਏਗਾ ਉਹਨੇ ਮੁਸੀਬਤ ਨੂੰ ਸਾਹਮਣੇ ਵੇਖਿਆ ਆਏਗਾ ਸੈਨਿਕਾਂ ਨੂੰ ਸਾਹਮਣੇ ਵੇਖਿਆ ਆਈ ਪਰ ਡਰਿਆ ਨਹੀਂ ਉਹਨੇ ਆਖਿਆ ਮੇਰੇ ਬਾਤੀ ਪਰਮੇਸ਼ਵਰ ਆਪਣੇ ਸਵਰਗਦੂਤਾਂ ਨੂੰ ਵਿਕਲੌਗਾ ਮੇਰੇ ਬਾਤੀ ਲੜਨਵਾਤੀ ਸਵਰਗਦੂਤਾਂ ਨੂੰ ਕਲੌਗਾ ਮੈਂ ਜਿਹੜੀ ਮੁਸੀਬਤ ਵਿੱਚ ਫਸਿਆ ਮਾਂ ਉਹਦੇ ਵਿੱਚੋਂ ਵੀ ਮੈਨੂੰ ਪਰਮੇਸ਼ਵਰ ਹੀ ਬਾਹਰ ਕੱਢੂਗਾ ਜਦੋਂ ਪਰਮੇਸ਼ਵਰ ਨੇ ਉਹਦੇ ਸ਼ਤਰਾਂ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਫਿਰ ਵੀ ਉਹਨੇ ਉਹਨਾਂ ਨੂੰ ਨਹੀਂ ਮਾਰਿਆ ਮਾਫ ਕਰ ਦਿੱਤਾ ਰੋਟੀ ਖਵਾਲੀ ਪਾਣੀ ਪਿਆਲਿਆ ਫਿਰ ਉਹਨਾਂ ਨੂੰ ਵਾਪਸ ਕਰ ਜਾਨ ਦਿੱਤਾ ਅੱਜ ਪਰਮੇਸ਼ਵਰ ਨੂੰ ਪੁੱਛਣ ਡਿਆ ਵਾ ਕਿ ਤੁਹੀਂ ਤੁਹਾਡਾ ਵਿਸ਼ਵਾਸ ਕਿਤਰਾ ਵਾ ਤੁਹਾਡਾ ਚਾਲ 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 ਚਲਨ ਕਿਤਰਾ ਦਾ ਵਾ ਤੁਹੀਂ ਲੋਕਾਂ ਨੂੰ ਮਾਫ ਕਰ ਪਾਉਂਦੇ ਜੇ ਤੁਹੀਂ ਸ਼ਤਰੂਆਂ ਨੂੰ ਮਾਫ ਕਰ ਪਾਉਂਦੇ ਜੇ ਤੁਹੀਂ ਸ਼ਤਰੂਆਂ ਨੂੰ ਰੋਟੀ ਖਵਾਲ ਦੇ ਜੇ ਤੁਹੀਂ ਸ਼ਤਰੂਆਂ ਨੂੰ ਪਿਆਣੀ ਪਿਆਲ ਦੇ ਜੇ ਜੇ ਤੁਹਾਡੇ ਸਾਹਮਣੇ ਪਰਮੇਸ਼ਵਰ ਤੁਹਾਡੇ ਸ਼ਤਰੂਆਂ ਨੂੰ ਤੁਹਾਡੇ ਸਾਹਮਣੇ ਕਰ ਦਿੰਦਾ ਵਾ ਤੇ ਤੁਸੀਂ ਉਹਨਾਂ ਦੇ ਨਾਲ ਕੀ ਕਰਦੇ ਜੇ ਪਰਮੇਸ਼ਵਰ ਦਾ ਪਿਆਰ ਪਰਮੇਸ਼ਵਰ ਦਾ ਪਿਆਰ ਪ੍ਰਭੂ ਯਸ਼ੂਅ ਮਸੀਹ ਦਾ ਪਿਆਰ ਜਿਹੜਾ ਹੈ ਅਲੀਸ਼ਾ ਨੇ ਵਖਾ ਲਿਆ ਉਹਨੇ ਉਹਨਾਂ ਨੂੰ ਮਾਫ ਕੀਤਾ वचन ਵਿੱਚ ਲਿਖਿਆ ਵਾ ਜਦੋਂ ਅਮੋਰੀ ਵਾਪਸ ਆਪਣੇ ਘਰ ਚਲ ਗਏਗੇ ਦੁਬਾਰਾ ਉਹ ਕਦੀ ਵੀ ਇਜ਼ਰਾਈਲ ਦੇ ਕੋਲ ਇਜ਼ਰਾਈਲੀਆਂ ਦੇ ਲੋਕਾਂ ਦੇ ਕੋਲ ਜਿੱਥੇ ਇਜ਼ਰਾਈਲ ਰਹਿੰਦੇ ਸੀ ਜਿਹੜੇ ਦੇਸ਼ ਵਿੱਚ ਉੱਥੇ ਉਹ ਫਿਰ ਕਦੀ ਵੀ ਯੁੱਧ ਕਰਨੋਂ ਆਤੀ ਨਹੀਂ ਆਏਗੇ ਉਹ ਪੈਣੋ ਪਰੋ ਜੇ ਪਰਮੇਸ਼ਵਰ ਦੇ वचन ਦੇ ਉੱਤੇ ਚੱਲਾਂਗੇ ਜੇ ਜਿਮੀ ਅਸੀਂ ਬਤਾ ਸਾਡੇ ਉਤੇ ਹੁੰਦੀਆਂ ਵਾ ਪਰਮੇਸ਼ਵਰ ਦੇ ਵਚਨ ਦੇ ਉਤੇ ਚੱਲਾਂਗੇ ਜਾਂ ਨੂੰ ਮੰਨਾਂਗੇ ਤੇ ਦੁਬਾਰਾ ਸਾਡੇ ਕੋ ਵੀ ਕੋਈ ਵੀ ਸ਼ੈਤਾਨ ਹਨ ਨੂੰ ਨਹੀਂ ਫਸਾ ਸਕਦਾ ਅੰਨਾਈ ਹਨ ਨੂੰ ਕੇਰ ਸਕਦਾ ਵਾ ਜੇ ਪਰਮੇਸ਼ਵਰ ਇਸ ਵਚਨ ਦੇ ਨਾਲ ਟੱਡ ਨਾਲ ਗੱਲ ਕਰਦਾ ਵਾ ਤਾਂ ਆਪਣੇ ਗੋਡਿਆਂ ਤੇ ਬੈਜੋ ਪ੍ਰਾਰਧਨਾ ਕਰੋ ਪ੍ਰਭੂ ਜੀ ਮੈਨੂੰ ਮਾਫ ਕਰ ਦੇ ਜਦੋਂ ਮੈਂ ਮੁਸੀਬਤਾਂ ਵਿੱਚੋਂ ਫਸ ਜਾਂਦਾ ਹਾਂ ਜਦੋਂ ਮੈਨੂੰ ਸ਼ੈਤਾਨ ਕੇਰ ਲੈਂਦਾ ਹੈਗਾ ਤੇ ਮੈਂ ਉਹਦੇ ਬਾਰੇ ਵਿੱਚ ਹੀ ਸੋਚਦਾ ਹਾਂ ਰਾਤ ਭਰ ਨੀਂਦ ਨਹੀਂ ਆਉਂਦੀ ਔਰ ਮੈਂ ਟਾਡੇ ਤੇ ਵਿਸ਼ਵਾਸ ਨਹੀਂ ਕੀਤਾ ਮੇਰਾ ਵਿਸ਼ਵਾਸ ਜਿਹੜਾ ਵਾ ਅਲੀਸ਼ਾ ਵਰਗੂ ਕਰਤੋ ਜਿਤਰਾ ਅਲੀਸ਼ਾ ਦੇ ਉੱਤੇ ਮਸੀਬਤ ਆ ਗਈ ਸੀ ਕੀ ਪਰ ਉਹਨੇ ਵਿਸ਼ਵਾਸ ਕੀਤਾ ਹੈਗਾ ਕਿ ਮੇਰੇ ਨਾਲ ਪਰਮੇਸ਼ਵਰ ਹੈ ਮੇਰੇ ਨਾਲ ਸਵਰਗਦੂਤੀਆ ਮੈਨੂੰ ਇੱਥੋਂ ਬਾਹਰ ਕੱਢਣਗੇ ਜੇ ਜੇ ਸ਼ਤਰੂ ਮੇਰੇ ਹੱਥ ਵਿੱਚ ਆਉਣਗੇ ਮੈਂ ਉਹਨਾਂ ਨੂੰ ਮਾਰ ਦਿਨਾ ਹਾਂ ਮੈਂ ਉਹਨਾਂ ਦੇ ਨਾਲ ਗਲਤ سلوਕ ਕਰਨਾ ਪਰ ਜੇ ਜੇ ਸ਼ਤਰੂ ਮੇਰੇ ਹੱਥ ਵਿੱਚ ਆਉਣਗੇ ਮੈਂ ਵੀ ਉਹਨਾਂ ਨੂੰ ਮਾਫ ਕਰੂੰਗਾ ਰੋਟੀ ਖਵਾ ਲੂੰਗਾ ਪਾਣੀ ਪਿਆ ਲੂੰਗਾ ਔਰ ਉਹਨਾਂ ਨੂੰ ਜਾਨ ਦਊਂਗਾ ਜਿ ਤਰ੍ਹਾਂ ਪ੍ਰਭੂ ਈਸ਼ੂ ਮਸੀਹ ਨੇ ਮੈਨੂੰ ਪਿਆਰ ਕੀਤਾ ਵਾ ਮੈਂ ਵੀ ਉਹੋ ਹੀ ਪਿਆਰ ਉਹਨਾਂ ਨੂੰ ਸਾਰਿਆਂ ਨੂੰ ਵਖਾ ਲੂੰਗਾ ਔਰ ਪਰਮੇਸ਼ਵਰ ਦੀ ਮਾਇਮਾ ਕਰੂੰਗਾ ਜੇ ਇਹ ਕੰਮ ਤੁਸੀਂ ਵੀ ਕਰੋਗੇ ਜੇ ਤਰ੍ਹਾਂ ਦੀ ਪ੍ਰਾਰਥਨਾ ਕਰੋਗੇ ਜੇ ਤਰ੍ਹਾਂ ਦੀ ਪ੍ਰਾਰਥਨਾ ਕਰਕੇ ਤੁਸੀਂ ਵੀ ਪਰਮੇਸ਼ਵਰ ਕੋ ਚੁੰਦੇ ਜੇ ਕਿ ਮੈਂ ਵੀ ਪਰਮੇਸ਼ਵਰ ਦੇ ਤੇ ਵਿਸ਼ਵਾਸ ਕਰਾਂ ਤੇ ਪਰਮੇਸ਼ਵਰ ਜਿ ਤਰ੍ਹਾਂ ਅਸ਼ੂਰੀ ਜਿ ਤਰ੍ਹਾਂ ਅਮੋਰੀ ਜਿ ਤਰ੍ਹਾਂ ਵਾਪਸ ਅਮਰੀ ਜਿਤਰਾ ਵਾਪਸ ਚਲ ਗਏਗੇ ਬਾਅਦ ਵਿੱਚ ਇਜ਼ਰਾਈਲੀਆਂ ਦੇ ਕੋਲ ਕਦੀ ਵੀ ਨਹੀਂ ਆਏ ਟਾਡੀਆਂ ਮੁਸੀਬਤਾਂ ਵਿੱਚ ਟਾਡੇ ਕੋਲ ਕਦੀ ਵੀ ਨਹੀਂ ਆਉਣਗੀਆਂ ਜੇ ਤੁਸੀਂ ਪਰਮੇਸ਼ੁਰ ਤੇ ਦਿੱਤੇ ਵਿਸ਼ਵਾਸ करोगे परमेश्वर इस वचन के ना आशीष करे परमेश्वर इस वचन के लिए हम आलिशा वर्गा विश्वास दे परमेश्वर इस वचन के न अपने शत्रुआ माफ़ करने वा दे परमेवर इस वचन के शत्रुआ प्यार करके क्षमा करके उन्होंने वापस रोटी खुवा का सुभाव भी परमेश्वर हमू दे गॉड बलैस यू ऑल